ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਹੈ ਜਨਾਬ? ਤੁਸੀਂ ਵੇਖਦੇ ਪਏ ਗੁਲਾਮ ਐਮ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਹਾਜੀ ਗੁਲਾਮ ਮੁਹੰਮਦ। ਦੋਸਤੋ, ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਨਾਲ ਲੱਗੇ ਬੈਲ ਆਈਕਾਨ ਨੂੰ ਕਰਨਾ ਕਲਿੱਕ ਤਾਂ ਕਿ ਸਾਡੀ ਅੱਛੀ ਤੇ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਹਮੇਸ਼ਾ ਤਰ੍ਹਾਂ ਵੀਰਾਂ ਨੂੰ ਮਿਲਦਾ ਰਹੇ। ਸਭ ਤੋਂ ਪਹਿਲੇ ਕਿਆ ਜਨਾਬ, ਇੱਕ ਦੂਸਰਾ ਸੂਬੇ ਦੀ ਮਾਈ ਦੀ ਵੀਡੀਓ ਲੈ ਕੇ ਆਇਆ ਅੱਲਾ ਦੇ ਫਜ਼ਲ ਕਰਮ ਨਾਲ। ਜਿਹੜੇ ਮੇਰੇ ਵੀਰ ਸ਼ੌਕੀਨ ਹਜ਼ਰਾਤ ਨੇ ਉਹ ਜ਼ਰੂਰ ਇਨਸ਼ਾਅੱਲਾ ਵੀਡੀਓ ਨੂੰ ਪਸੰਦ ਕਰਨਗੇ। ਬਾਕੀ ਜਨਾਬ, ਲੈਣੇ ਦੇਣੇ ਹਮੇਸ਼ਾ ਹੀ ਤਰ੍ਹਾਂ ਮੁਕੱਦਰ ਸੌਦਾ ਨਾ ਨਸੀਬ ਦੇ ਭਰਾ ਨੂੰ ਮਿਹਨਤ ਸਫ਼ਰ ਕਰਕੇ ਨੀਲੀ ਦੇ ਜਾਨਵਰ ਵਿਖਾਏ ਜਾਂਦੇ ਨੇ, ਐਵੇਂ ਗੱਲਾਂ ਹੀ ਬਣੀਆਂ ਨੇ ਜਨਾਬ। ਇਹਨੂੰ ਕਹਿੰਦੇ ਨੇ ਪੂਰਾ ਜਨਾਬ ਫੁੱਟ ਦਾ ਖੁੱਡਾ, ਪੂਰੀ ਬਰੀਕ ਮਾਸ਼ਾਅੱਲਾ, ਇੱਕ ਹੱਡੀ ਟਾਕ ਮਾਸ਼ਾਅੱਲਾ, ਪੁੱਠਾ ਖੁੱਡਾ ਚਾਰ ਸ਼ੇਰ। ਮੇਰਾ ਕੈਮਰਾਮੈਨ ਤਸੱਲੀਆਂ ਕਰਵਾਵੇਗਾ, ਪੁੱਛੇ ਲੈ ਜਨਾਬ ਜਿਵੇਂ ਡੋਰ ਹੁੰਦੀ ਹੈ ਅੱਲਾ ਦੇ ਫਜ਼ਲੋ ਕਰਮ ਨਾਲ। ਬਾਕੀ ਭਰਾਵਾਂ ਨੇ ਅੱਜ ਤਸੱਲੀਆਂ ਜ਼ਰੂਰ ਕਰਨੀਆਂ ਨੇ। ਬਾਕੀ ਜਨਾਬ, ਇੱਕ ਫੁੱਟ ਹਵਾਨਾ ਚੌੜਾ, ਨੀਲੀ ਦੇ ਬਟਨ ਲੱਗੇ ਨੇ, ਸੂ ਦਾ ਡੋਡਾ ਚੁੱਕੀ ਖੜੀ ਹੈ। ਬਾਕੀ ਜਨਾਬ, ਇਹ ਮਜ਼ੀਦ ਕਿੰਨੇ ਦਿਨ ਲਵੇਗੀ, ਕਿੰਨਾ ਜਨਾਬ ਇਹਦਾ ਸਾਬਕਾ ਦੁੱਧ ਰਿਕਾਰਡ ਹੈ, ਉਹ ਸਾਰੀਆਂ ਗੱਲਾਂ ਅੱਗੇ ਚੱਲ ਕੇ ਮਾਲਕ ਤੋਂ ਸਾਂਝੀਆਂ ਲਵਾਂਗੇ। ਮਾਝ ਦਾ ਕੱਦ ਚੰਗਾ, ਲਾਮ ਚੰਗੀ, ਖੁਰ ਮਾਸ਼ਾਅੱਲਾ ਚਾਰੇ, ਜਿਵੇਂ ਜਨਾਬ ਘੋੜਿਆਂ ਦੇ ਸੁੰਬ, ਤੁੰਨੀ ਕੌੜੀ ਦਾ ਬਿਲਕੁਲ ਜਨਾਬ ਨਾਮੋ ਨਿਸ਼ਾਨ ਕੋਈ ਨਹੀਂ। ਪੂਰੀ ਬਰੀਕ ਮਾਸ਼ਾਅੱਲਾ ਹੱਡੀਆਂ ਜਨਾਬ, ਪੂਰੀਆਂ ਜਨਾਬ ਜਿਵੇਂ ਕੱਚ ਦੀ ਹੁੰਦੀ ਹੈ, ਕੰਨੀ ਮਾਸ਼ਾਅੱਲਾ, ਪੂਰੀ ਗਜ਼ ਲੰਮੀ, ਬਿਲਕੁਲ ਜਨਾਬ ਸੋਹਣੀ ਤੇ ਖੂਬਸੂਰਤ, ਬਰੀਕ ਬੁੱਥੀ, ਨਿੱਕੀ ਨਿੱਕੀ ਸਿੰਗੀ। ਮੇਰਾ ਕੈਮਰਾਮੈਨ ਆਪਣੇ ਕੈਮਰੇ ਦੀ ਨਜ਼ਰ ਨਾਲ ਤਸੱਲੀ ਕਰਵਾ ਰਿਹਾ। ਬਾਕੀ ਜਨਾਬ, ਲੈਣੇ ਦੇਣੇ ਹਮੇਸ਼ਾ ਹੀ ਤਰ੍ਹਾਂ ਮੁਕੱਦਰ ਸੌਦਾ ਨਾਲ ਨਸੀਬ ਦੇ। ਬਾਕੀ ਮਾਸ਼ਾਅੱਲਾ ਤੇ ਮਾਸ਼ਾਅੱਲਾ ਦੇ ਕਮੈਂਟ ਅੱਜ ਜਨਾਬ ਜ਼ਰੂਰ ਬਣਦੇ ਨੇ। ਮੱਥੇ ਤੇ ਜਨਾਬ ਛੋਟੀ ਜਿਹੀ ਸਫੈਦ ਕੁੱਲੀ, ਬਾਕੀ ਜਨਾਬ ਚਾਰ ਸ਼ੇਰੋ ਮੇਰੇ ਕੈਮਰੇ ਦੀ ਨਜ਼ਰ ਹੈ। ਇਹ ਮੱਝ ਜਨਾਬ ਕਿੰਨੇ ਦਿਨ ਲਵੇਗੀ, ਕਿੰਨਾ ਮਾਲਕ ਜਨਾਬ ਮੁਹੱਬਤ ਤੇ ਪਿਆਰ ਵਾਲਾ ਮੁਲਕ ਕਰਦਾ, ਉਹ ਸਾਰੀਆਂ ਗੱਲਾਂ ਜਨਾਬ ਮਾਲਕ ਤੋਂ ਸਾਂਝੀਆਂ ਲੈਂਦੇ ਹਾਂ। ਬਾਕੀ ਥਣ ਬੜਾ ਮਾਸ਼ਾਅੱਲਾ ਖੂਬਸੂਰਤ, ਪੂਰੀ ਜਨਾਬ ਮੁੱਠ ਮੁੱਠ ਤੇ ਪੂਰੀ ਲੋਕੇਸ਼ਨ, ਥੱਬੇ ਦਾ ਹਵਾਨਾ, ਤੁਰਦੀ ਫਿਰਦੀ ਵੀ ਇਨਸ਼ਾਅੱਲਾ ਭਰਾਵਾਂ ਨੂੰ ਵਿਖਾਵਾਂਗੇ। ਬਾਕੀ ਜਨਾਬ ਵਿਖਾਵਣ ਵਿੱਚ ਅੱਲਾ ਦੀ ਮਿਹਰਬਾਨੀ ਨਾਲ ਕਿਸੇ ਪਾਸੋਂ ਜਨਾਬ ਘਾਟਾ ਵਾਧਾ ਨਹੀਂ ਹੋਏਗਾ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ। ਪੈਸਾ ਕੀ ਹਾਲ ਹੈ? ਅੱਲਾ ਦੀ ਰਹਿਮਤ ਹੈ ਸਾਹਿਬ, ਅੱਲਾ ਦੀ ਰਹਿਮਤ। ਮਾਝ ਆਪਣੀ ਕਿੰਨੇ ਕੁ ਦਿਨ ਲੈਂਦੀ ਹੈ? ਮੈਂ ਆਪਣੀ ਭਾਈ 5-7 ਦਿਨ ਲੈਂਦੀ ਹਾਂ। 5-7 ਦਿਨ ਲੈਂਦੀ ਹੈ? 5-7 ਦਿਨ ਲੈਂਦੀ ਹੈ, ਕੱਚੀ ਹੈ। ਤੇ ਸੁਆ ਕਿੰਨਵਾਂ ਸੋਵੇਗੀ? ਦੂਸਰਾ ਬਈ, ਜੈਨਵਨ ਦੂਸਰਾ। ਦੂਸਰਾ ਦੂਸਰਾ ਮੱਝ ਹੈ ਨੀਲੀ ਦੀ? ਅਸਲ ਨੀਲੀ ਦੀ ਆ ਕਿ ਤੁਸੀਂ ਹਰ ਵਾਰੀ ਪੁੱਛਦੇ ਜੇ ਨਾ। ਅੱਛਾ, ਕਿ ਕੋਈ ਨੀਲੀ ਦੀਆਂ ਨਿਸ਼ਾਨੀਆਂ ਦੱਸੋ ਕੀ ਹੁੰਦੀਆਂ ਨੇ। ਅੱਛਾ, ਅੱਜ ਵੇਖ ਮੈਂ ਆਪ, ਤੂੰ ਵੇਖ ਮੈਂ ਨੀਲੀ ਦੀਆਂ ਨਿਸ਼ਾਨੀਆਂ ਅੱਜ ਸਾਡੇ ਤੇ। ਹਾਂਜੀ, ਅੱਜ ਅੱਜ ਤੇਰੇ ਤੇ ਗੱਲਾਂ ਨੇ, ਇਧਰ ਤੇ ਇਧਰ ਚਮੜੀ ਜਿਵੇਂ ਮਲਮਲ ਰੇਸ਼ਮ ਰੇਸ਼ਮ ਪਿਆ, ਅੱਗੋਂ ਬੁੱਥੀ ਵੇਖ ਮਾਝ ਦੀ ਜਿਵੇਂ ਕੱਟੀ ਹੁੰਦੀ ਹੁੰਦੀ ਹੈ, ਕੱਟੀ ਹੁੰਦੀ ਹੈ, ਪਿੱਛੋਂ ਜਾ ਕੇ ਵੇਖ ਮੈਂ ਨੂੰ, ਇਧਰ ਵੇਖ ਹੱਡੀ ਮੈਂ ਦੀ ਘੋੜੇ ਵੱਖੋ ਤਾੜੇ ਵਰਗੀ, ਠੀਕ ਹੈ। ਫਿਰ ਧੁੰਨੀ ਵਿਖਾ ਮੈਂ ਦੀ, ਧੁੰਨੀ ਵੇਖ ਮਾਝ ਦੀ, ਧੁੰਨੀ ਵੇਖ, ਕੋਲੀ ਵੇਖ, ਠੀਕ ਹੋ ਗਿਆ ਮਾਸ਼ਾਅੱਲਾ। ਅਸਲ ਬਰੀਕ ਮੈਂ ਪਾਸ਼ਾ ਵੇ ਮਜ਼ੀਦ ਬਣੇਗੀ ਭਾਈ, ਤਾਂ ਮੈਂ 5-7 ਦਿਨ ਲੈਂਦੀ, ਹੁਣ ਤਾਂ ਮੈਂ ਚੱਡਾ ਲਾਉਣ ਲੱਗੀ। ਅੱਛਾ, ਹੁਣ ਮੈਂ ਵਕਣ ਲੱਗੀ, 5-7 ਦਿਨ ਲੈਂਦੀ, ਅਜੇ 5-7 ਦਿਨ ਮੈਂ ਨਹੀਂ ਸੁਣਦੀ। ਇਹ ਸਮਾਜ ਦਾ ਪਹਿਲਾਂ ਦਾ ਪ੍ਰਕਾਰ ਉਹ ਦੱਸਣਾ ਜਿਹੜਾ ਆਪਾਂ ਕਨਫਰਮ ਭਾਈ, ਆਪਾਂ ਨਾ ਤਾਂ 20 ਕਿਲੋ ਦਿੰਦੀ ਰਹੀ ਹੈ ਨਾ 18 ਕਿਲੋ ਦੱਸਣਾ। ਅੱਛਾ, ਪਹਿਲਾਂ ਮੈਂ ਦੁੱਧ 12-13 ਕਿਲੋ ਦਿੰਦੀ ਸੀ। 12-13 ਕਿਲੋ, 12-13 ਕਿਲੋ। ਨਸਲਜ਼ਾਤ ਇਨਸ਼ਾਅੱਲਾ, ਨਸਲਜ਼ਾਤ ਬਹੁਤ ਚੰਗੀ ਹੈ ਮੈਂ, ਪੂਰੇ ਆਰ ਪਾਰ, ਪੂਰੇ ਆਰ ਪਾਰ, ਕੀ ਆਰ ਪੂਰੇ ਨਾ ਮੈਂ ਦੇ। ਆਪਾਂ ਐਵੇਂ ਖੱਪੀ ਜਾਈਏ ਫਾਇਦਾ ਨਹੀਂ, ਨਹੀਂ ਭਾਈ ਐਵੇਂ ਖੱਪਣ ਦਾ ਫਾਇਦਾ ਕੋਈ ਨਹੀਂ, ਆਪਾਂ 20 ਕਿਲੋ ਦੱਸੀ ਜਾਈਏ, ਅਗਲੇ ਕਿਸੇ ਨੇ ਮੰਨਣਾ ਕੋਈ ਨਹੀਂ। ਹੁਣ ਦੂਸਰਾ ਸੁਆ ਸੋਵੇਗੀ, ਦੂਸਰਾ ਦੁੱਧ ਕਰੇਗੀ ਇਸ ਵੇਲੇ ਅੱਲਾ ਤੋਂ ਉਹਨਾਂ, ਮੈਂ ਦੁੱਧ 16-17 ਲੀਟਰ ਕਰੇਗੀ, 16-17 15-16-17 ਇਹ ਠੰਡਾ ਦੁੱਧ ਕਰਦੀ, ਠੰਡਾ ਦੁੱਧ ਕਰਦੀ ਰਹੇਗੀ ਮਾਸ਼ਾਅੱਲਾ, ਠੀਕ ਹੋ ਗਿਆ ਯਾਰ। ਹਾਜੀ ਸਾਹਿਬ, ਇਧਰ ਇਹਨਾਂ ਪੁੱਛ ਲ ਮੈਂ ਦੇ, ਆ ਦੇ ਇਧਰ, ਆਪ ਦੇ ਹੱਥ ਚ ਫੜ ਕੇ ਦੇਖ ਲਈ, ਧਾਗਾ ਨਹੀਂ ਹੁੰਦਾ। ਅੱਛਾ, ਮੈਂ ਸਾਰਾ ਕੁਝ ਵਿਖਾ ਦਿੰਦਾ ਮੇਰਾ ਕੈਮਰਾ ਮੈਨ,
ਚਮੜੀ ਵਿਖਾ ਦਿੱਤੀ ਸਭ ਕੁਛ ਧੁੰਨੀ ਵਿਖਾ ਦੇ ਨਿਸ਼ਾਨ ਹੈ ਮੈਂ ਧੁੰਨੀ ਦਾ ਇੰਨੀ ਕੋਲੀ ਹੈ ਮੈਂ ਹੱਥ ਲਾਵੇ ਥਣ ਫੜੇ ਥਣ ਚੋਵੇ ਥਣ ਕਿਸੇ ਕਿਸਮ ਦਾ ਕੋਈ ਨੁਕਸ ਹੋਵੇ ਉਹਨੂੰ ਮਾਨ ਜਾਣ ਦਾ ਕਿਰਾਇਆ ਦਿਆਂਗਾ ਵੈਰੀ ਗੁੱਡ ਅੱਛਾ ਦੂਸਰਾ ਆਪਸ਼ਨ ਫੌਜ ਸਾਹਿਬ ਹਾਂਜੀ ਅਗਰ ਕੋਈ ਵੀਰ ਭਰਾ ਸਾਡਾ ਇਤਮਾਦ ਕਰੇ ਭਾਈ ਸਾਹਿਬ ਇਸੇ ਤਰੀਕੇ ਮੱਝ ਜਿਹੜੀ ਭੇਜ ਦਿਓ ਹਾਂਜੀ ਥਣਾਂ ਦੀ ਗਰੰਟੀ ਥਣਾਂ ਦੀ ਗਰੰਟੀ ਬਈ ਆਪਾਂ ਥਣ ਪਾਸ ਕਰਵਾ ਕੇ ਦਿਆਂਗੇ ਉਹ ਤਾਂ ਅਸੀਂ ਕਰ ਵੀ ਲੈਣੇ ਤੁਸੀਂ ਤੁਸੀਂ ਪਾਸ ਕਰ ਲੈਣੇ ਨੇ ਲੇਕਿਨ ਥਣਾਂ ਦੀ ਆਪਣੀ ਬਈ ਗਰੰਟੀ ਹੈ ਦੁੱਧ ਬਹੁਤ ਨਸੀਬ ਦਾ ਥਣਾਂ ਦੀ ਆਪਣੀ ਗਰੰਟੀ ਹੈ ਅੱਛਾ ਜੇ ਕੋਈ ਭਰਾ ਇਹ ਗੱਲ ਕਰਦਾ ਭਾਈ ਸਾਹਿਬ ਦੋ ਚਾਰ ਦਿਨ ਲੈਂਦੀ ਹੈ ਸਫ਼ਰ ਕਰਕੇ ਆਇਆ ਮੁਹੱਬਤਾਂ ਦੇ ਪਿਆਰ ਲੈ ਕੇ ਆਇਆ ਤੇਰੇ ਭਰਾਵਾਂ ਦੀ ਖਾਤਰ ਇੱਕ ਮਿੰਟ ਮੇਰੀ ਗੱਲ ਸੁਣੋ ਹਾਂਜੀ ਭਰਾਵਾਂ ਦੀ ਖਾਤਰ ਮੁਹੱਬਤਾਂ ਪਿਆਰ ਚਾਹਤ ਲੈ ਕੇ ਆਇਆ ਮੱਝ ਤੇਰੀ ਚੰਗੀ ਹੈ ਮੱਝ ਵਿੱਚ ਕਿਸੇ ਹੁਣ ਨਾ ਅਸੀਂ ਮੁੱਲ ਕਰਾਉਣਾ ਤੇ ਨਾ ਤੂੰ ਮੁੱਲ ਕਰਨਾ ਇਹਦਾ ਪਿਆਰ ਮੁਹੱਬਤ ਨਾਲ ਜਿਹੜੇ ਪੈਸੇ ਲੈਣੇ ਨਾ ਐਵੇਂ ਛੋਟੀ ਜੀ ਗੱਲ ਸੁਣਾ ਦੇ ਤੇ ਸੁਣਾਈਏ ਤੇ ਮੱਝ ਤੋਰ ਕੇ ਵਿਖਾਈਏ ਸਾਢੇ ਚਾਰ ਲੱਖ ਦਾ ਲੇਕਿਨ ਤੂੰ ਆਇਆ ਚੱਲ ਕੇ ਤੂੰ ਫਿਰ ਪਿਆਰ ਮੁਹੱਬਤ ਕਰੀ ਜਾਂਦਾ ਤੇ 4 ਲੱਖ ਤੇ 30,000 ਦੀ ਤੈਨੂੰ ਮੈਂ ਦੇ ਦੂੰਗਾ 4 ਲੱਖ ਤੇ 30,000 ਲੱਖ ਫਾਈਨਲ ਗੱਲ ਹੈ ਫਾਈਨਲ ਹਾਂਜੀ ਇਹਦੇ ਵਿੱਚ ਕੋਈ ਭਰਾ ਆਨਲਾਈਨ ਖਰੀਦਦਾ ਜਾਂ ਕੋਈ ਆ ਜਾਂਦਾ ਕੋਈ ਯਾਰ ਮਾੜਾ ਮੋਟਾ ਪਿਆਰ ਮੁਹੱਬਤ ਚਾਹਤ ਜਿਹੜਾ ਬੰਦਾ ਮੌਕੇ ਤੇ ਆਉਂਦਾ ਨਾ ਜੀ ਸਾਹਿਬ ਉਹਦੇ ਨਾਲ ਮਾੜਾ ਮੋਟਾ ਚਾਹਤ ਪਿਆਰ ਮੁਹੱਬਤ ਵਸਦੇ ਘਰਾਂ ਦੇ ਲੋਕ ਆਉਂਦੇ ਰਹਿੰਦੇ ਕਰਨਾ ਪੈਂਦਾ ਸਹੀ ਗੱਲ ਹੈ ਠੀਕ ਹੋ ਗਿਆ ਉਹ ਰੌਲਾ ਕੋਈ ਨਹੀਂ ਠੀਕ ਹੋ ਗਿਆ ਸੋ ਤੁਹਾਡਾ ਵੀ ਇਦਾਂ ਹੀ ਹੈ ਬਰਲ ਮੈਂ ਆਪਣੀ ਇਨਸ਼ਾਅੱਲਾ ਤਾਲਾ ਬੇਕੀਮਤੀ ਆ ਮੈਂ ਜਿੰਦਰ ਪੂਰਾ ਵਕੀ ਕਿਸੇ ਮੈਂ ਤਾਂ ਭਾਵੇਂ 5.5 ਲੱਖ ਰੁਪਈਆ ਮੰਗ ਲਈ ਕਿਸ ਤੋਂ ਠੀਕ ਹੋ ਗਿਆ ਲਓ ਜੀ 4 ਲੱਖ ਤੇ 30,000 ਪਿਆਰ ਮੁਹੱਬਤ ਇਨਸ਼ਾਅੱਲਾ ਭਰਾਵਾਂ ਵਾਸਤੇ ਜ਼ਰੂਰ ਹੋਵੇਗਾ ਬਾਕੀ ਜਨਾਬ ਅੱਜ ਦੀ ਵੀਡੀਓ ਭਰਾਵਾਂ ਨੂੰ ਇਨਸ਼ਾਅੱਲਾ ਜ਼ਰੂਰ ਪਸੰਦ ਆਵੇਗੀ ਪਸੰਦ ਆਵੇ ਤਾਂ ਆਪਣੇ ਚੈਨਲ ਨੂੰ ਸ਼ੇਅਰ ਤੇ ਲਾਈਕ ਮੁਹੱਬਤਾਂ ਦੇ ਕਮੈਂਟ ਜਨਾਬ ਜ਼ਰੂਰ ਕਰਨੇ ਨੇ ਬਾਕੀ ਨੰਬਰ ਆਪਣਾ ਜਨਾਬ ਅਦਰ ਬੂਥੀ ਵੇਖਣਾ ਮੈਂ ਜੀ ਅੱਗੋਂ ਵੇਖ ਮੈਂ ਨੂੰ ਅਪਰਨ ਹੋ ਜਾ ਮਾਦਰ ਚੋਦੇ ਮਾਸ਼ਾਅੱਲਾ ਅਦਰ ਵੇ ਬੂਥੀ ਵੇਖ ਮੈਂ ਠੀਕ ਅੱਗੋਂ ਕੱਟੀ ਪਿੱਛੋਂ ਮੱਝ ਕੱਦ ਵੀ ਮਾਸ਼ਾਅੱਲਾ ਪੂਰਾ ਪੂਰਾ ਆ ਅੱਜ ਦਾ ਮੇਰੇ ਨਾਲ ਕੋਈ ਬੰਦਾ ਅਜੇ ਨਾ ਕਹੇਗਾ ਕਿ ਐਸਾ ਕੱਦ ਤੇਰੇ ਮੈਨਾਂ ਹਾਂਜੀ ਦਰਮਿਆਨਾ ਪੂਰਾ ਵੱਡਾ ਕੱਦ ਮੈਂ ਨੂੰ ਪੁਰਾਣੀਆਂ ਮੱਝਾਂ ਚ ਮੱਝ ਹਾਂਜੀ ਪੂਰਾ ਵੱਡਾ ਕੱਦ ਮਿਲਾਂਗੇ ਜਨਾਬ ਅਗਲੀ ਵੀਡੀਓ ਨਾਲ ਉਹਨਾਂ ਭਰਾਵਾਂ ਦੇ ਅਸੀਂ ਜਨਾਬ ਬੇਅਦ ਸ਼ੁਕਰਗੁਜ਼ਾਰ ਆ ਜਿਹੜੇ ਜਨਾਬ ਸਾਡੇ ਨਾਲ ਮੁਹੱਬਤਾਂ ਦੇ ਪਿਆਰ ਕਰਦੇ ਨੇ ਸਾਡੇ ਚੈਨਲ ਨੂੰ ਸ਼ੇਅਰ ਕਰਦੇ ਨੇ ਲਾਈਕ ਕਰਦੇ ਨੇ ਤੇ ਹੁਣ ਮਿਲਾਂਗੇ ਜਨਾਬ ਅਗਲੀ ਵੀਡੀਓ ਦੇ ਨਾਲ ਅੱਲਾ ਨਿਗਹਿਬਾਨ ਪਾਕਿਸਤਾਨ ਜ਼ਿੰਦਾਬਾਦ